ਪੰਜਾਬ ਦੇ ਵਿੱਚ ਵਿਜੀਲੈਂਸ ਵਿਭਾਗ ਦੀ ਇੱਕ ਵੱਡੀ ਕਾਰਵਾਈ। ਵਿਜੀਲੈਂਸ ਨੇ ਪੀਐਸਸੀਬੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ 5 ਕਰਮਚਾਰੀਆਂ ਨੂੰ ਕੀਤਾ ਗ੍ਰਿਫਤਾਰ। ਵਿਦਿਆਰਥੀਆਂ ਦੇ ਲਈ ਵੱਡੀ ਖਬਰ, ਸਕੂਲ ਐਜੂਕੇਸ਼ਨ ਡਿਪਾਰਟਮੈਂਟ ਦੇ ਲਈ ਵੀ ਇੱਕ ਵੱਡੀ ਖਬਰ। ਪੰਜਾਬ ਸਕੂਲ ਸਿੱਖਿਆ ਵਿਭਾਗ ਦੇ 5 ਅਧਿਕਾਰੀਆਂ ਨੂੰ ਕੀਤਾ ਗਿਆ ਗ੍ਰਿਫਤਾਰ। ਕੀ ਹੈ ਪੂਰੀ ਖਬਰ, ਇਸ ਵੀਡੀਓ 'ਚ ਅਸੀਂ ਇਹੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਅਗਰ ਤੁਸੀਂ ਸਾਡੇ ਚੈਨਲ ਜੀਡੀ ਟੈਕੀ ਤੇ ਨਵੇਂ ਹੋ ਤਾਂ ਆਪਣੀ ਚੈਨਲ ਜੀਡੀ ਟੈਕੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਤੁਹਾਨੂੰ ਦੱਸ ਦਈਏ, ਇੱਕ ਵੱਡੀ ਅਪਡੇਟ ਨਿਕਲ ਕੇ ਆ ਰਹੀ ਹੈ। ਅਧਿਆਪਕ ਭਰਤੀ ਰਿਕਾਰਡ 'ਚ ਗੜਬੜੀ ਦੇ ਲੱਗੇ ਨੇ ਇਲਜ਼ਾਮ, ਜਿਸ ਦੇ ਚੱਲਦਿਆਂ 5 ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਵਿਜੀਲੈਂਸ ਵਿਭਾਗ ਦੇ ਵੱਲੋਂ ਅਤੇ 3 ਦਿਨ ਦਾ ਰਿਮਾਂਡ ਮੰਗਿਆ ਗਿਆ ਹੈ। 2007 'ਚ ETT ਅਤੇ JBT ਟੀਚਰਸ ਦੀ ਭਰਤੀ ਵੇਲੇ ਹੋਇਆ ਸੀ ਇੱਕ ਵੱਡਾ ਘੁਟਾਲਾ। ਸੋ ਉਸਦੇ ਚੱਲਦਿਆਂ 5 ਕਰਮਚਾਰੀਆਂ ਨੂੰ, ਪੰਜਾਬ ਸਕੂਲ ਸਿੱਖਿਆ ਵਿਭਾਗ ਨਾਲ ਜੁੜੇ ਹੋਏ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਿਦਿਆਰਥੀਆਂ ਦੇ 10ਵੀਂ ਅਤੇ 12ਵੀਂ ਬੋਰਡ ਦੇ ਨਤੀਜੇ ਜਿਹੜੇ ਨੇ ਉਹ ਵੀ ਹੁਣ ਆਉਣ ਵਾਲੇ ਨੇ। ਕੀ ਨਤੀਜਿਆਂ ਦੇ ਕੁਝ ਅਸਰ ਪਵੇਗਾ ਇਸਦਾ, ਜਿਵੇਂ ਕੋਈ ਵੱਡੀ ਅਪਡੇਟ ਆਏਗੀ ਅਸੀਂ ਤੁਹਾਨੂੰ ਟਾਈਮ ਨਾਲ ਅਪਡੇਟ ਕਰਾਂਗੇ। ਇਸ ਵੀਡੀਓ ਵਿੱਚ ਇੰਨਾ ਹੀ।